ਕਿਬਲਾ ਭਾਈ ਸ਼ਰੀਫ ਸਾਹਿਬ ਦਾ ਹੁਕਮ ਵੀ ਹੈ ਔਰ ਉਹਨਾਂ ਨੇ ਮੈਨੂੰ ਹੁਕਮ ਫਰਮਾਇਆ, ਲੇਕਿਨ ਅਲਾਮਾ ਸਾਹਿਬ ਦੇ ਅੱਗੇ ਅਰਜ਼ ਉਹਨਾਂ ਨੇ ਕੀਤੀ ਹੈ ਕਿ ਜਿੰਨਾ ਇਹਨਾਂ ਦਾ ਦਿਲ ਕਰੇਗਾ ਓਨਾ ਇਨਸ਼ਾਅੱਲਾ ਪੜ੍ਹਨਗੇ। ਵਕਤ ਦੀ ਕੋਈ ਕੈਦ ਨਹੀਂ, ਕੋਈ ਪਾਬੰਦੀ ਨਹੀਂ ਇਹਨਾਂ ਦੇ ਵਾਸਤੇ। ਔਰ ਇਹ ਮਹਿਫਲ ਹਜ਼ੂਰ ਪੀਰੇ ਪੀਰਾਂ ਮੀਰੇ ਮੀਰਾਂ ਆਪ ਦੀ ਯਾਦ ਦੇ ਅੰਦਰ ਸਜਾਈ ਗਈ ਹੈ ਤੇ ਆਪ ਦੇ ਮਿਸ਼ਨ ਨੂੰ ਵੀ ਅਸੀਂ ਮਲੂਜ਼ੇ ਖਾਤਰ ਰੱਖਣਾ ਹੈ। ਇਨਸ਼ਾਅੱਲਾ 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 ਕਿਬਲਾ ਸਾਹਿਬ ਜਮਾਤ ਕਰਾਂਗੇ ਤੇ ਇੱਥੇ ਨਮਾਜ਼ ਵੀ ਪੜਾਂਗੇ ਜਿਸ ਤਰ੍ਹਾਂ ਪਿਛਲੀ ਦਫਾ ਪੜ੍ਹੀ ਸੀ। ਔਰ ਇਨਸ਼ਾਅੱਲਾ ਮਹਿਫਲ ਵੀ ਅਸੀਂ ਸੁਣਾਂਗੇ ਸੁਣਾਂਗੇ ਸੁਣਾਂਗੇ। ਉਸ ਤੋਂ ਕਬਲ ਬਾਬਾ ਫਰੀਦ ਫਰਮਾਨੇ ਨੇ ਕਿ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਚੱਲਿਆ। ਕਿਬਲਾ ਮੁਸ਼ਤਾਕ ਸੁਲਤਾਨੀ ਸਾਹਿਬ, ਮੈਂ ਚੰਦ ਦਿਨ ਪਹਿਲੇ ਇੱਥੇ 479 ਦੀ ਮਸਜਿਦ ਦੇ ਅੰਦਰ ਆਇਆ ਤੇ ਉਦੋਂ ਵੀ ਇੱਕ ਭਾਈ ਮੈਂ ਦੇਖਿਆ ਤੇ ਹੁਣ ਫਿਰ ਉਹ ਮੇਰਾ ਭਾਈ ਤਸ਼ਰੀਫ ਲੈ ਕੇ ਆਇਆ ਤੇ ਮੇਰੇ ਅੰਦਰ ਦੀ ਕੈਫੀਅਤ ਬਦਲ ਗਈ। ਕਿਉਂਕਿ ਬੰਦਾ ਹੱਟਾ ਕੱਟਾ ਵੀ ਹੋਵੇ, ਸਵੇਰ ਦੁਪਹਿਰ ਸ਼ਾਮ ਖਾਂਦਾ ਪੀਂਦਾ ਵੀ ਹੋਵੇ, ਲੱਤਾਂ ਵੀ ਸਲਾਮਤ ਹੋਣ, ਤੁਰਦਾ ਫਿਰਦਾ ਵੀ ਹੋਵੇ ਤੇ ਫਿਰ ਵੀ ਹਜ਼ੂਰ ਦੀ ਮਹਿਫਲ ਵਿੱਚ ਨਾ ਆ ਸਕੇ, ਕਹੇ ਗੈਰਵੀਂ ਬਿਦਾ ਤੇ ਹਜ਼ੂਰ ਦੀ ਮਹਿਫਲ ਬਿਦਾ ਤੇ। ਤੇ ਮੇਰਾ ਇੱਕ ਭਾਈ ਹੁਣ ਇੱਥੇ ਆਇਆ, ਮੈਂ ਉਹਨੂੰ ਦੇਖਿਆ ਤੇ ਚਾਰ ਜੁਮਲੇ ਮੇਰੇ ਲੱਭਾਂ ਤੇ ਆ ਗਏ ਕਿ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਲ ਚੱਲਿਆ, ਕੋਈ ਪਲਿਆ ਨਾਚ ਤੇ ਨਖਰਿਆਂ ਵਿੱਚ, ਕੋਈ ਰੇਤ ਕਰਮ ਤੇ ਫਲ ਚੱਲਿਆ, ਕੋਈ ਫਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਫਲ ਚੱਲਿਆ। ਇੱਥੇ ਯਾਰ ਫਰੀਦ ਹਰ ਕੋਈ ਮੁਸਾਫਰ ਹੈ, ਕੋਈ ਅੱਜ ਚੱਲਿਆ ਕੱਲ ਚੱਲਿਆ, ਕੋਈ ਚੱਲਿਆ ਕੋਈ ਕੱਲ ਚੱਲਿਆ। ਔਰ ਪੈਰ ਆਉਣ ਫਿਰ ਹੀ ਬੰਦਾ ਹਜ਼ੂਰ ਦੀ ਮਹਿਫਲ ਵਿੱਚ ਆ ਸਕੇ, ਹਜ਼ੂਰ ਦੀ ਗੱਲ ਕਰ ਸਕੇ। ਆ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ, ਅਮੀਰੋ ਮੁਜਾਹਿਦੀਨ ਅਖੁਲ ਹਦੀਸ ਮੁਜੱਦ ਦੇ ਦੌਰਾਨ ਹਜ਼ਰਤ ਅਲਾਮਾ ਮੌਲਾਨਾ ਹਾਫਿਜ਼ ਖਾਦਮ ਹੁਸੈਨ ਰਿਜ਼ਵੀ ਰਹਿਮਤੁੱਲਾ ਤਾਲਾ ਅਲੈ, ਜਿਨ੍ਹਾਂ ਦਾ 19-20-21 ਤਾਰੀਖ ਨੂੰ ਅਜ਼ੀਮ ਸ਼ਾਨ ਉਰਸ ਮੁਬਾਰਕ ਸਾਲਾਨਾ, ਪਹਿਲੀ ਸਾਲਾਨਾ ਅਜ਼ੀਮ ਸ਼ਾਨ ਉਰਸ ਮੁਬਾਰਕ ਲਾਹੌਰ ਰਹਿਮਤ ਅਲੀ ਆਲਮੀਨ ਮਸਜਿਦ ਦੇ ਅੰਦਰ ਇਨਕਾਦ ਹੋ ਰਿਹਾ ਹੈ। ਔਰ ਮੁਲਕ ਪਾਕਿਸਤਾਨ ਬਲਕਿ ਮੁਲਕ ਪਾਕਿਸਤਾਨ ਤੋਂ ਬਾਹਰੋਂ ਵੀ ਉਸ਼ਾਕਾ ਨੇ ਮੁਸਤਫਾ ਤਸ਼ਰੀਫ ਲਿਆ ਰਹੇ ਨੇ। ਔਰ ਸੁਬਾ ਮੈਂ ਆਲੇ ਨਬੀ ਔਲਾਦ ਅਲੀ ਮੁਹਾਫਜ਼ ਖਤਮੇ ਨਬੂਵਤ ਹਜ਼ੂਰ ਪੀਰ ਸੈਯਦ ਜ਼ਹੀਰੁਲ ਹਸਨ ਸ਼ਾਹ ਸਾਹਿਬ ਦਾਮਤ ਬਰਕਾਤੁਲ ਕੁਦਸੀਆ ਆਪ ਦਾ ਇੱਕ ਕਲਿੱਪ ਸੁਣਿਆ, ਆਪ ਦਾ ਇੱਕ ਬਿਆਨ ਸੁਣਿਆ ਛੋਟਾ ਜਿਹਾ। ਟੀਵੀ ਐਂਕਰ ਨੇ ਸਵਾਲ ਕੀਤਾ ਕਿ ਸ਼ਾਹ ਜੀ ਲੋਕੀ ਗੱਲਾਂ ਕਰ ਰਹੇ ਨੇ ਕਿ ਖਤਮੇ ਨਬੂਵਤ ਦੀ ਆੜ ਲੈ ਕੇ ਇਹਨਾਂ ਦਾ ਮਕਸਦ ਸੀ ਆਪਣੇ ਕੇਸ ਖਤਮ ਕਰਾਉਣਾ, ਆਪਣੀ ਰਿਹਾਈ ਨੂੰ ਕਰਵਾਉਣਾ, ਫੋਰਸ ਸ਼ਡੂਲ ਖਤਮ ਕਰਵਾਉਣਾ, ਲੇਕਿਨ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਆਪ ਨੇ ਫਰਮਾਇਆ, ਆਪ ਫਰਮਾਉਂਦੇ ਨੇ ਕਮਲਿਆ, ਅਗਰ ਸਾਡਾ ਮਕਸਦ ਫੋਰਸ ਸ਼ਡੂਲ ਖਤਮ ਕਰਾਉਣਾ ਹੁੰਦਾ, ਅਗਰ ਸਾਡਾ ਮਕਸਦ ਆਪਣੇ ਪਰਚੇ ਖਤਮ ਕਰਾਉਣਾ ਹੁੰਦਾ ਤੇ ਫਿਰ ਮੈਨੂੰ ਇਹ ਦੱਸੋ ਵੀ ਸਾਦ ਰਿਜ਼ਵੀ ਅੰਦਰ ਕਿਉਂ ਹੁੰਦਾ? ਸਾਦ ਰਿਜ਼ਵੀ ਸਾਹਿਬ ਅੰਦਰ ਕਿਉਂ ਹੁੰਦਾ? ਤੇ ਫੌਰਨ ਹੀ ਟੀਵੀ ਐਂਕਰ ਨੇ ਦੂਸਰਾ ਸਵਾਲ ਕੀਤਾ, ਉਹਨੇ ਕਿਹਾ ਫਿਰ ਸਾਦ ਰਿਜ਼ਵੀ ਸਾਹਿਬ ਦੀ ਰਿਹਾਈ ਕਦੋਂ ਤੱਕ ਹੈ? ਆਪਨੇ ਫਰਮਾਇਆ ਕਿ ਇਨਸ਼ਾਅੱਲਾ ਬਾਬਾ ਜੀ ਦੇ ਉਰਸ ਮੁਬਾਰਕ ਤੇ ਉਹਨਾਂ ਨੇ ਤਸ਼ਰੀਫ ਲੈ ਕੇ ਆਣਾ ਤੇ ਹੋ ਸਕਦਾ ਹੈ ਹੁਣੀ ਆ ਜਾਣ, ਹੋ ਸਕਦਾ ਹੁਣੀ ਆ ਜਾਣ। ਤੇ ਗੱਲ ਕਰਨ ਦਾ ਮਕਸਦ, ਮੇਰਾ ਭਾਈ ਆਇਆ ਇਹਦੇ ਇੱਕ ਲੱਤ ਤੇ, ਮੈਂ ਉਸ ਦਿਨ ਵੀ ਦੇਖਿਆ ਤੇ ਅੱਜ ਵੀ ਦੇਖਿਆ, ਜ਼ਾਹਿਰ ਨਿਗਾਹ ਰਿੰਦ ਸੇ ਕਿਸੀ ਕੋ ਨਾ ਦੇਖ, ਸ਼ਾਇਦ ਕਿ ਉਸ ਕਰੀਮ ਕੋ ਵੋ ਹੈ ਕਿ ਤੂੰ
ਹਜ਼ੂਰ ਦੀ ਮਹਿਫਲ ਵਿੱਚ ਹਰ ਬੰਦਾ ਨਹੀਂ ਆ ਸਕਦਾ ਤੇ ਭਾਈ ਦੇ ਵੀ ਇੱਕ ਲਾਤੇ ਤੇ ਅਮੀਰੁਲ ਮੁਜਾਹਿਦੀਨ ਅਲਾਮਾ ਖਾਦਮ ਹੁਸੈਨ ਰਿਜ਼ਵੀ ਰਹਿਮਤੁਲਾਹ ਤਾਲਾ ਅਲੈ ਆਪ ਦੇ ਦੋਵੇਂ ਲੱਤਾਂ ਤੋਂ ਮਾਜ਼ੂਰ ਸਨ ਤੇ ਲਾਹੌਰ ਦੀ ਰਹਿਮਤ ਲਿਲ ਆਲਮੀਨ ਮਸਜਿਦ ਦੇ ਅੰਦਰ ਬੈਠ ਕੇ ਇੱਕ ਨਾਰਾ ਲਬੈਕ ਯਾ ਰਸੂਲ ਅੱਲਾਹ ਦਾ ਲਾਉਂਦੇ ਸਨ ਤੇ ਸੁਪਰ ਪਾਵਰ ਅਮਰੀਕਾ ਅਨਰੀਦਰ ਮੋਦੀ ਆਪਣੇ ਲੱਤਾਂ ਤੇ ਖਲੋ ਨਾ ਸਕੇ ਉਹਨੂੰ ਕਿਬਲਾ ਅਮੀਰੁਲ ਮੁਜਾਹਿਦੀਨ ਕਹਿੰਦੇ ਨੇ ਤੇ ਇਸ ਮਿਸ਼ਨ ਨੂੰ ਕਿਬਲਾ ਅਮੀਰੁਲ ਮੁਜਾਹਿਦੀਨ ਤੇ ਪਰਦਾ ਫਰਮਾ ਗਏ ਨੇ ਲੇਕਿਨ ਸਾਨੂੰ ਚੱਲਣ ਦਾ ਬਲ ਦੱਸ ਗਏ ਨੇ ਤੇ ਹੁਣ ਖਤਮ ਨਬੂਤ ਤੇ ਪੈਰਾ ਤੁਸੀਂ ਤੇ ਮੈਂ ਦੇਣਾ ਬਾਬਾ ਜੀ ਇੱਕ ਜੁਮਲਾ ਫਰਮਾਉਂਦੇ ਸਨ ਕਿ ਮੇਰੇ ਮਰਨ ਤੋਂ ਬਾਅਦ 1000 ਸਾਲ ਬਾਅਦ ਵੀ ਅਗਰ ਕੋਈ ਬੰਦਾ ਆ ਕੇ ਮੇਰੀ ਕਬਰ ਦੇ ਉੱਤੇ ਆ ਕੇ ਲਬੈਕ ਦਾ ਨਾਰਾ ਲਗਾਏ ਤਾਂ ਉਹਨੂੰ ਮੈਂ ਕਬਰ ਦੇ ਅੰਦਰੋਂ ਜਵਾਬ ਜ਼ਰੂਰ ਦਿਆਂਗਾ ਹਰ ਬੰਦਾ ਗੱਲ ਨਹੀਂ ਕਰ ਸਕਦਾ ਹਰ ਬੰਦਾ ਨਾ ਇੰਨੀ ਪਾਵਰ ਰੱਖਦਾ ਹੈ ਤੁਸੀਂ ਦੇਖ ਲਓ 2016 ਤੋਂ ਲੈ ਕੇ ਤੇ 2021 ਦੇ ਅੰਦਰ ਅੱਲਾ ਰੱਬੁਲ ਇੱਜ਼ਤ ਨੇ ਇਸ ਤਰੀਕ ਨੂੰ ਕਿੰਨੀ ਕਾਮਯਾਬੀ ਦੇ ਦਿੱਤੀ ਹੈ ਔਰ ਬੰਦਾ ਸੋਚੇ ਉਮਰ 24-25 ਸਾਲ ਹੱਦ 27 ਸਾਲ ਹੋਵੇ ਤੇ ਹਕੂਮਤ ਜਿਨ੍ਹਾਂ ਕੋਲ ਤਾਕਤ ਵੀ ਹੋਵੇ ਅਸਲਾ ਵੀ ਹੋਵੇ ਹਰ ਚੀਜ਼ ਹੋਵੇ ਤੇ ਇੱਕ ਨੌਜਵਾਨ ਦੇ ਅੱਗੇ ਘੁੱਟਣੇ ਟੇਕਣ ਤੇ ਮਜਬੂਰ ਹੋ ਜਾਏ ਉਹ ਆਮ ਬੰਦਾ ਨਹੀਂ ਉਹ ਅਮੀਰੁਲ ਮੁਜਾਹਿਦੀਨ ਦਾ ਖੂਨ ਅਲਾਮਾ ਸਾਦ ਹੁਸੈਨ ਰਿਜ਼ਵੀ ਦਾਮਤ ਬਰਕਾਤੁਲ ਕੁਦਸੀਆ ਔਰ ਆਪ ਫਰਮਾਉਂਦੇ ਸਨ ਕਿ ਮਾਲਕ ਕੰਡ ਨਹੀਂ ਲੱਗਣ ਦਿੰਦੇ ਮਾਲਕ ਕੰਡ ਨਹੀਂ ਲੱਗਣ ਦਿੰਦੇ ਤੇ ਫਿਰ 21 ਨਵੰਬਰ ਲਾਹੌਰ ਦੇ ਮਿਨਾਰੇ ਪਾਕਿਸਤਾਨ ਨੇ ਵੀ ਦੇਖ ਲਿਆ ਤੁਸੀਂ ਤੇ ਮੈਂ ਵੀ ਦੇਖ ਲਿਆ ਪੂਰੀ ਦੁਨੀਆ ਨੇ ਦੇਖ ਲਿਆ ਕਿ ਮੁਲਕੇ ਪਾਕਿਸਤਾਨ ਦਾ ਸਦਰ ਹੋਵੇ ਤੇ ਉਹ ਫੌਤ ਹੋਵੇ ਦੁਨੀਆ ਤੋਂ ਮਰੇ ਤੇ ਬੰਦੇ 5 ਹੋਣ ਤੇ 2-2.5 ਮਰਲਿਆਂ ਦਾ ਮਕਾਨ ਹੋਵੇ ਕੋਈ ਜਾਇਦਾਦ ਕੋਈ ਕੋਠੀ ਬੰਗਲਾ ਕਾਰ ਨਾ ਹੋਵੇ ਹੋਵੇ ਕਿ ਖਤਮੇ ਨਬੂਆ ਦਾ ਚੌਕੀਦਾਰ ਹੋਵੇ ਨਬੀ ਦੀ ਨਮੂਸ ਤੇ ਪਹਿਰਾ ਦੇਣ ਵਾਲਾ ਹੋਵੇ ਤਾਂ ਲਾਹੌਰ ਦਾ ਮਿਨਾਰੇ ਪਾਕਿਸਤਾਨ ਦੀ ਜਗ੍ਹਾ ਛੋਟੀ ਪੈ ਜਾਏ ਦਾਦਾ ਸਾਹਿਬ ਦੀ ਜਗ੍ਹਾ ਛੋਟੀ ਪੈ ਜਾਏ ਬਾਦਸ਼ਾਹੀ ਮਸਜਿਦ ਭਰ ਜਾਏ ਰੋਡ ਦੇ ਉੱਤੇ ਜਿੱਧਰ ਦੇਖੋ ਉਸ਼ਾਕਾਂ ਨੇ ਮੁਸਤਫਾ ਦਾ ਸਰ ਨਜ਼ਰ ਆ ਰਿਹਾ ਤੇ ਫਿਰ ਬਾਬਾ ਜੀ ਦੀ ਗੱਲ ਸੱਚੀ ਹੈ ਕਿ ਮਾਲਕ ਕੰਡ ਨਹੀਂ ਲੱਗਣ ਦਿੰਦੇ ਕਿਵੇਂ ਮਾਲਕ ਕੰਡ ਨਹੀਂ ਲੱਗਣ ਦਿੰਦੇ ਸੋਨੇ ਦਾ ਇੱਕ ਵਾਰੀ ਹੋ ਜਾ ਸੋਨੇ ਦਾ ਇੱਕ ਵਾਰੀ ਹੋ ਜਾ।